बिस्मिल्लाहिर्रहमानिर्रहीम। अस्सलाम वालेकुम मेरे बहन भाई, अल्लाह ताला फिर से शादाबाद रखे। सबसे पहली दुआ आज जब रखो कर दी तो कुल बोले छोटी जी रिक्वेस्ट कर दी। अच्छे फैमिली लोग के इंस्टाग्राम की नाम सब्सक्राइब करो, बेल आइकन का बटन जरूर प्रेस करो, साड़ी हर वीडियो का नोटिफिकेशन मेरे पैर ड्रामा तक कर दो तो फोन दे रहे। अजी वीडियो कुछ इस तरह भी उदा तो ऐशा के बूस बहुत मिल जाते पैसे दे गए थे, कहते जाकर अपनी मेडिसिन लैके आई हो क्योंकि ਉੱਦਾਂ ਜਿੱਦਾਂ ਜਿਸ ਵਿੱਚ ਜਾਨ ਹੈ ਨਹੀਂ ਉਹਦੀ ਬਿਲਕੁਲ, ਜਿੱਦਾਂ ਪਰ ਬਲੱਡ ਲੋ ਹੋਇਆ ਜਾਂ ਕੀ ਆ, ਜਾਂ ਮੇਰੇ ਵੀ ਤਾਬੀ ਜਿਹੜੀ ਬਹੁਤ ਜ਼ਿਆਦਾ ਹੋਈ ਹੋਈ ਹੈ, ਇਸ ਵਾਸਤੇ ਫਿਰ ਮੈਂ ਤਾਂ ਮੇਰਾ ਬਹੁਤ ਡੇਰ ਦਾ ਹੀ ਵੀਰ ਨਹੀਂ ਸੈੱਟ ਰਹਿੰਦਾ ਹੈਗਾ। ਅਤੇ ਸ਼ੁਕਰ ਅੱਲਾਹ ਦਾ ਫਿਰ ਮੈਡੀਸਨ ਖਾ ਕੇ ਅੱਲਾਹ ਦਾ ਸ਼ੁਕਰ ਆ ਫਿਰ ਵੀ ਤੁਰੇ ਫਿਰਦੇ ਹਾਂ, ਆਪਣਾ ਕੰਮ ਕਾਰ ਕਰਦੇ ਫਿਰਦੇ। ਮੇਰੇ ਭੈਣ ਭਾਈ ਦੇਖਦੇ ਆ ਡੇਲੀ, ਮੈਂ ਬਿਜ਼ੀ ਹੋਈ ਹਾਂ ਡੇਲੀ, ਸਾਰਾ ਦਿਨ ਕੰਮ ਦੇ ਵਿੱਚ ਬਿਜ਼ੀ ਹੋਈ ਹਾਂ। ਅਤੇ ਅੱਲਾਹ ਪਾਕ ਦਾ ਸ਼ੁਕਰ ਆ, ਅੱਲਾਹ ਤਾਲਾ ਨੂੰ ਨਿਮਤ ਦਿੱਤੀ ਆ ਤੁਰਨ ਫਿਰਨ ਵਾਸਤੇ, ਕੰਮ ਕਰਨ ਵਾਸਤੇ। ਅੱਲਾਹ ਪਾਕ ਦਾ ਬੜਾ ਹੀ ਸ਼ੁਕਰ ਆ, ਅੱਲਾਹ ਤਾਲਾ ਮੈਨੂੰ ਤੁਰਦੇ ਫਿਰਦਿਆਂ ਰੱਖੀ, ਅੱਲਾਹ ਦਾ ਮਿਠਾਈ ਨਾ ਕਿਸੇ ਦਾ ਕਰੀ। ਅਤੇ ਆਮੀਨ ਸੁਣਾ ਜੀ। ਅਤੇ ਮਰੀਮ ਬੇਟੀ ਹੁਣ ਆਈ ਹੋਈ ਸੀ ਉੱਥੇ ਪਿੰਡ ਵਿੱਚੋਂ, ਇੱਕ ਪਰਸੋਂ ਦੀ ਗਈ ਹੋਈ ਆ ਪ੍ਰੇਮੀ ਉਹਨਾਂ ਦੇ ਕੋਲ, ਅਤੇ ਉਹਦੇ ਤਾਏ ਦੇ ਬੇਟੇ ਦਾ ਸ਼ਾਦੀ ਹੈ ਉੱਥੇ ਗਈ ਹੋਈ ਆ, ਫਲਾਂ ਬੇਟਾ ਛੱਡ ਆਇਆ ਸੀ ਜਾ ਕੇ। ਹੁਣ ਅੱਜ ਆਈ ਸੀ ਆਪਣੇ ਭਾਈ ਦੇ ਨਾਲ ਅਤੇ ਕਿਸੇ ਮਿਜ਼ੀਮ ਸਾਡੇ ਨਾਲ ਤਿੰਨ, ਅਤੇ ਮੈਂ ਅਤੇ ਆਸ਼ਾ ਅਤੇ ਨਾਦਸ਼। ਨਾਦਸ਼ ਨੇ ਬਸ ਜੁੱਤੀ ਲੈਣੀ, ਕਹਿੰਦੀ ਮੈਂ 14 ਅਗਸਤ ਵਾਲੇ ਜੁੱਤੀ ਲੈਣੀ ਆ, ਅਤੇ ਆਸ਼ਾ ਵੀ ਨਾਲ ਚੱਲੀ ਆ। ਕਹਿੰਦੀ ਮੈਂ ਵੀ ਚਲੋ, ਫਿਰ ਮੈਂ ਵੀ ਇਕੱਲੀ ਹਾਂ ਘਰ ਅਤੇ ਆਪਾਂ ਮੈਂ ਵੀ ਨਾਲ ਤੁਹਾਡੇ ਨਾਲ ਚੱਲ ਚੱਲਦੀ ਹਾਂ। ਐਸ਼ਾ ਮਰੀਆਂ ਅਤੇ ਨਾਦਸ਼ ਅਤੇ ਅਸੀਂ ਤਿੰਨੋਂ ਜਾਣੀਆਂ ਜਾ ਰਹੀਆਂ ਬਾਜ਼ਾਰ, ਮਰੀਆਂ ਨੂੰ ਲੈਣੀਆਂ ਵਾ ਸ਼ਾਦੀ ਵਾਸਤੇ ਕੁਛ ਚੀਜ਼ਾਂ, ਅਤੇ ਕੁਛ ਬਟੇ ਟੁੱਟੇ ਉਹਨਾਂ ਨੂੰ ਪਿੱਕੋ ਕਰਾਉਣੇ ਆ, ਅਤੇ ਆਈ ਸੀ ਉੱਥੇ ਕਹਿੰਦੀ ਅਸੀਂ ਨਾਲ ਚੱਲੂਗੇ ਅਤੇ ਚੱਲ ਕੇ ਇਹ ਚੀਜ਼ਾਂ ਲੈ ਕੇ ਆਉਂਦੇ ਹਾਂ। ਅਤੇ ਹੁਣ ਚੱਲਦੇ ਹਾਂ, ਮਰੀਆਂ ਬੇਟੀ ਵੀ ਤਿਆਰ ਹੋ ਕੇ ਆਹੋ, ਉਹ ਤਾਂ ਉੱਥੇ ਤਿਆਰ ਹੋ ਕੇ ਆਈ, ਐਸ਼ਾ ਵੀ ਤਿਆਰ ਹੋ ਗਈ ਆ, ਅਤੇ ਜਿਹੜੇ ਜਿਹੜੇ ਮੇਰੇ ਕੰਮ ਕਰਨ ਵਾਲੇ ਸੀ ਸਾਰੇ ਆਪਣੇ ਕੰਮ ਕਰ ਚੁੱਕੀ, ਅਤੇ ਰਕਸ਼ੇ ਵਾਲੇ ਨੂੰ ਹੁਣ ਮਰੀਮ ਦਾ ਭਾਈ ਲੈਣ ਗਿਆ ਹੋਇਆ, ਮੈਂ ਕਮੀ ਕੋ ਪੈਦਲ ਤੋਂ ਉੱਥੇ ਨਹੀਂ ਜਾਣ ਦਾ, ਨਾਲੇ ਮੋਟਰਸਾਈਕਲ 'ਤੇ ਇੰਨੀਆਂ ਜਾਣੀਆਂ ਸੀ ਸਾਡੇ ਕੋਲ ਜਾਣ ਸੀ ਉਹਨਾਂ ਦਾ, ਅਤੇ ਰਕਸ਼ੇ ਦਾ ਰਕਸ਼ਾ ਲੈਣ ਗਿਆ ਹੋਇਆ, ਰਕਸ਼ਾ ਲੈ ਕੇ ਆ ਜਾਂਦਾ ਵਾ, ਅਤੇ ਰਕਸ਼ੇ 'ਚ ਚੱਲਦੇ ਹਾਂ। ਵੀ ਜੋ ਅਗਲਾ ਸੀਨ ਹੋਇਆ ਜੋ ਅਸੀਂ ਸ਼ੋਪਿੰਗ ਕਰਾਂਗੇ, ਜਿਹੜੀ ਸ਼ਾਇਦ ਲਵਾਂਗੇ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰਾਂਗੇ, ਅਤੇ ਵੀਡੀਓ ਦੇ ਨਾਲ ਜੁੜੇ ਰਹਿਣਾ, ਅਤੇ ਵੀਡੀਓ ਸਕਿੱਪ ਨਾ ਕਰਨਾ ਪੂਰੀ ਬਸ ਕਰਨਾ, ਕਿਉਂਕਿ 14 ਅਗਸਤ ਆ ਗਈ ਆ। ਹਰ ਬੱਚਾ ਬੱਚਾ ਕਹਿ ਰਿਹਾ ਸਾਨੂੰ 14 ਅਗਸਤ ਦੀਆਂ ਚੀਜ਼ਾਂ ਲੈ ਕੇ ਦਿਓ, 14 ਅਗਸਤ ਦੀਆਂ ਚੀਜ਼ਾਂ ਲੈ ਕੇ ਦਿਓ। ਫਿਰ ਮੈਂ ਬਈ ਇਹ ਦਿਨ ਖੁਸ਼ੀ ਦਾ ਹੁੰਦਾ ਵਾ, ਅਤੇ ਇਸ ਦਿਨ 'ਤੇ ਆ ਕੇ ਸਾਡਾ ਮੁਲਕ ਜਿਹੜਾ ਆਜ਼ਾਦ ਹੋਇਆ ਸੀਗਾ, ਅਤੇ ਹਰ ਬੱਚਿਆਂ ਦੀਆਂ ਖੁਸ਼ੀਆਂ ਜਿਹੜੀਆਂ ਪੂਰੀਆਂ ਕਰਨੀਆਂ ਚਾਹੀਦੀਆਂ, ਨਾਲੇ ਨਾ ਤਾਂ ਅਤੇ ਜੇ ਛੁੱਟੀਆਂ ਹੋਈਆਂ ਤਾਂ ਉਸਨੇ ਮੇਰੇ ਕੋਲ ਰਹਿਣ ਡਈ ਆ, ਅਤੇ ਫਿਰ ਉਹਨੂੰ ਲੈ ਕੇ ਦੇਣੀ ਚਾਹੀਦੀ ਹੈ ਨਾ। ਉਹਦੀ ਮੰਮਾ ਕਹਿੰਦੀ ਸੀ ਸੂਟ ਵੀ ਮੈਂ ਲੈ ਦੂੰਗੀ, ਅਤੇ ਦੂਸਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਲੈ ਦਿਓ, ਮੈਂ ਚਲੋ ਮੈਂ ਲੈ ਦਿੰਦੀ। ਅਤੇ ਇਹਦੀ ਮੰਮਾ ਨੇ ਸੂਟ ਕਰ ਲੈ ਆਉਂਦਾ ਜਾਂ ਨਹੀਂ ਲਿਆ ਲਿਆਉਣਾ ਵਾ ਇਹ ਮੈਨੂੰ ਨਹੀਂ ਪਤਾ ਹੈਗਾ, ਕਿਸੇ ਸੂਟ ਮੈਂ ਲੈ ਦਿੰਦੀ ਚਲੋ ਠੀਕ ਹੈ, ਅਤੇ ਨਾ ਨਿੱਕੋ ਜਿਹਾ ਲੈ ਦਿੰਦੀ। ਅਤੇ ਹੁਣ ਚੱਲਦੇ ਹਾਂ, ਤੇ ਰੈਡੀ ਹੋ ਚੁੱਕੇ ਹਾਂ, ਨਾਲੇ ਮਰੀਮ ਬੇਟੀ ਆਪਣਾ ਸੂਟ ਲੈਣ ਆਈ ਸੀ, ਇਹ ਹੈ ਦੇਖੋ ਜਿਹੜੀ ਇਹਦੀ ਸ਼ਾਦੀ ਦੀ, ਮੈਂ ਬੈਕ ਕੈਮਰਾ ਕਰਕੇ ਦਿਖਾਉਂਦੀ ਹਾਂ। ਆਪਣੀ ਮੈਕਸੀ ਲੈਣ ਆਈ ਸੀ, ਇਹ ਇਹਦੀ ਅਲਮੀ ਨਾਲ ਲਓ ਸੀਗੀ, ਅਤੇ ਫਿਰ ਅਸੀਂ ਸ਼ਾਦੀ ਹੈਗੀ ਤਾਂ ਗਰਮੀ ਤਾਂ ਹੈਗੀ ਆ, ਫਿਰ ਸ਼ਾਦੀ ਦੇ ਫਿਰ ਸ਼ਾਦੀ ਦੇ ਟਾਈਮ 'ਤੇ ਫੰਕਸ਼ਨ 'ਤੇ ਫਿਰ ਇੱਦਾਂ ਦੀਆਂ ਚੀਜ਼ਾਂ ਹੀ ਪੈਂਦੀਆਂ ਵਾ, ਵੀ ਨਾ ਗਰਮੀ ਪੈਣ ਅਤੇ ਨਾ ਸਰਦੀ ਪੈਣ, ਅਤੇ ਫਿਰ ਪਾਉਣੀਆਂ ਕਿਹੜੇ ਮੌਕੇ 'ਤੇ। ਅਤੇ ਦੇਖੋ ਇਹ ਵਾਲੀ ਇਹਦੀ ਅਮੀ ਨਾਲ ਲਓ ਸੀਗੀ, ਇਹਦੀ ਅਮੀ ਨਾਲ ਨੇ ਪਾਈ ਸੀਗੀ ਮੈਕਸੀ ਗਿਆ, ਮੈਕਸੀ ਦੇ ਨਾਲ ਵੱਡਾ ਵਾ ਆਹ ਨਾਲ ਦੀ ਸਾਈਡ ਦੀ ਪੱਟੀ, ਅਤੇ ਮਾਮਾ ਤਾਂ ਪੱਟੀ ਵੀ ਪੜੀ ਗਈ, ਅਤੇ ਇੱਧਰ ਸੂਰੀ ਹੁੰਦੀ ਉਹਨਾਂ ਨੇ ਜਿਹੜਾ ਸੂਟ ਪਾਇਆ ਸੀਗਾ ਪਹਿਲੇ ਦੇ ਨਾਲ, ਉਹ ਲੈਣ ਆਈ ਆਪਣਾ ਨੀਚੇ ਸ਼ਮੀਜ਼ ਦੇਖਤੀ ਜੀ, ਸ਼ਮੀਜ਼ ਹੈ ਨਾਲ, ਉਲਟੀ ਕੀਤੀ ਪਾ ਲੈ ਜਾ ਕੇ ਪਾ ਲੋ ਚੱਲਦੀ ਆ। ਅਤੇ ਚੱਲ ਕੇ ਜਿਹੜੀ ਚੀਜ਼ ਲਵਾਂਗੀ ਮਾਇਆ ਪਾਤਮਾ ਨਾਲ ਆਈ ਆ, ਅਤੇ ਮਮਦਾਨ ਸ਼੍ਰੀ ਉੱਥੇ ਨਾਮਕ ਛੱਡ ਕੇ ਆਈ ਆ। ਦਸ਼ ਤਾਂ ਮੈਂ ਤੁਰ ਕੇ ਜਾਂਦੀ ਹਾਂ, ਐਸ਼ਾ ਅਤੇ ਮਰੀਮ ਉਹ ਮੁੰਡਾ ਛੱਡਣ ਗਿਆ ਮੋਟਰਸਾਈਕਲ 'ਤੇ, ਅਤੇ ਰਕਸ਼ਾ ਵਾਲੇ ਨੂੰ ਹੁਣ ਗਿਆ ਸੀ ਲੈਣ, ਰਕਸ਼ਾ ਮਿਲਿਆ ਨਹੀਂ, ਫਿਰ ਇਸ ਵਾਸਤੇ ਅਸੀਂ ਕਿਹਾ ਚਲੋ ਪੈਦਲ ਤੁਰ ਕੇ ਫਿਰ ਚੱਲਦੀਆਂ ਅਸੀਂ ਚੱਲਦੀਆਂ ਫਿਰ ਹੈਂ ਅੱਛਾ ਆਪਣਾ ਹੀ ਮਜ਼ਾ ਆਉਂਦਾ। ਹਾਂਜੀ ਅਤੇ ਤੂੰ ਧੁੱਪ ਵੀ ਦੇਖੋ ਆਪਣਾ ਹੀ ਮਜ਼ਾ, ਹੁਣ ਧੁੱਪ ਨੇ ਮਜ਼ਾ ਦੇ ਦੇਣਾ ਆਪਾਂ ਨੂੰ, ਨਾਨੀ ਦੋਤੀ ਨੂੰ ਹੈਂ। ਹਾਂਜੀ ਧੁੱਪ ਨੇ ਬਹੁਤ ਮਜ਼ਾ ਦੇ ਦੇਣਾ ਕੁੜੀਏ ਆਪਾਂ ਨੂੰ।
ਤੇ ਹੁਣ ਉਹਨਾਂ ਨੂੰ ਛੱਡ ਕੇ ਮੁੰਡਾ ਤੇ ਫਿਰ ਆ ਕੇ ਸਾਨੂੰ ਲੈ ਜਾਂਦਾ ਵਾ ਮੈਨੂੰ ਤੇ ਨਾਦਸ਼ ਨੂੰ ਪਹਿਲੇ ਉਹਨਾਂ ਦੋਨਾਂ ਨੂੰ ਛੱਡ ਆਉਂਦਾ ਬਾਰਿਸ਼ਾਂ ਦੇ ਨਾਲ ਫਸਲਾਂ ਨੂੰ ਵੀ ਰੌਣਕਾਂ ਲੱਗ ਗਈਆਂ ਕਿਉਂਕਿ ਦੂਸਰਾ ਹੁਣ ਜੋ ਗਰਮੀ ਪੈਂਦੀ ਨਾ ਗਰਮੀ ਬਹੁਤ ਸਖਤ ਪੈ ਰਹੀ ਹੈ ਮਾਸ਼ਾਅੱਲਾ ਹਨਾ ਵੀ ਆਸ਼ਾ ਹੁਣ ਇੱਥੇ ਖੜੀਆਂ ਸੀ ਛਾਂ ਦੇ ਉੱਤੇ ਇਹੋ ਜਿਹਾ ਦਰੱਖਤ ਆ ਛਾਂ 'ਤੇ ਖੜੀਆਂ ਸੀਗੀਆਂ ਇੱਥੇ ਅਤੇ ਅਸੀਂ ਵੀ ਮੈਂ ਵੈਸੇ ਮੈਂ ਸਾਸੀ ਮੋਟਰਸਾਈਕਲ 'ਤੇ ਆ ਗਏ ਪਹੁੰਚ ਚੁੱਕੇ ਹਾਂ ਦੇਖੋ ਇੱਧਰ ਖੜੀਆਂ ਅਤੇ ਹੁਣ ਚੱਲਦੇ ਹਾਂ ਰੋਡ 'ਤੇ ਦੇਖੋ ਮਾਸ਼ਾਅੱਲਾ ਸ਼ਹਿਰ ਅਸੀਂ ਪਹੁੰਚ ਚੁੱਕੇ ਅੱਛਾ ਜੀ ਮੇਰੀ ਬੇਟੀ ਨੇ ਇਹ ਜੁੱਤੀ ਪਸੰਦ ਕੀਤੀ ਬਹੁਤ ਅੱਛੀ ਹੈ ਅਤੇ ਕੁਆਲਿਟੀ ਵੀ ਅੱਛੀ ਹੈ ਅਤੇ ਜੁੱਤੀ ਹੁਣ ਪਸੰਦ ਕਰਕੇ ਲੈ ਲਈ ਅਤੇ ਹੁਣ ਅਸੀਂ ਜਿਹੜੀ ਹੋਰ ਚੀਜ਼ਾਂ ਲੈਣੀਆਂ ਉਹ ਵੀ ਲੈਂਦੇ ਹਾਂ ਹੁਣ ਆ ਗਈਆਂ ਇਹ ਮੇਕਅਪ ਲਈ ਦੁਕਾਨ ਪਸੰਦ ਆਉਂਦੀਆਂ ਹੁਣ ਲੈ ਲੈਂਦੇ ਲੈ ਕੇ ਅਤੇ ਫਿਰ ਅੱਛੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕੱਪੜੇ ਵਗੈਰਾ ਵੀ ਹੈਗੇ ਇੱਥੇ ਜਿਹੜੀ ਮਰਜ਼ੀ ਚੀਜ਼ ਪਸੰਦ ਕਰਕੇ ਉਹ ਲੈ ਸਕਦੇ ਅੱਛਾ ਜੀ ਇਸ ਤਰ੍ਹਾਂ ਵੀ ਅੱਛਾ ਕੱਪੜੇ ਸੋਹਣੇ ਮਰੀਮ ਜਿਹੜੀ ਆਪਣੇ ਭਾਈ ਦੇ ਨਾਲ ਘਰ ਚੱਲ ਗਈ ਸੀ ਕਿੰਨੇ ਦੀ ਪੰਜਾਹ ਰੁਪਏ ਦੀ ਇੱਕ ਹੋਰ ਦੇ ਦੋ ਦੋ ਦੇ ਦੋ ਬਾਬਾ ਜੀ ਤੁਸੀਂ ਨਸੀ ਲੈ ਕੈਪ ਲੈ ਲਈ ਅਤੇ ਪੰਜਾਹ ਰੁਪਏ 100 ਰੁਪਏ ਦੀਆਂ ਦੋ ਆਈਆਂ ਕੈਪ ਅਤੇ ਲੈ ਲਈ ਚੀਜ਼ਾਂ ਲੈ ਲਈਆਂ ਤੁਹਾਨੂੰ ਦੱਸੀ ਕਿ ਵਾਪਸ ਜਾ ਕੇ ਲੈ ਲਈ ਅੱਛਾ ਜੀ ਅਸੀਂ ਬਾਜ਼ਾਰੋਂ ਹੋ ਕੇ ਆ ਗਈਆਂ ਅਤੇ ਇਹ ਵਾਲੇ ਮੇਰਾ ਭਤੀਜਾ ਇੱਥੇ ਕੰਮ ਕਰ ਰਿਹਾ ਵਾ ਉਹਦੇ ਬੇਟੇ ਵਾਸਤੇ ਲਿਆਂਦਾ ਵਾ ਉਹਦੇ ਬੇਟੇ ਵਾਸਤੇ ਲਿਆਂਦਾ ਵਾ ਇਹ ਲਿਆਂਦਾ ਵਾ ਨਾਲ ਝੰਡਾ ਪਾਕਿਸਤਾਨ ਦਾ ਅਤੇ ਬੱਚਿਆਂ ਨੂੰ ਸ਼ੌਕ ਸੀਗਾ ਅਤੇ ਫੇਸ ਵਾਸਤੇ ਇਹ ਲੈ ਕੇ ਆਉਂਦਾ ਉਹਦਾ ਅਤੇ ਨਾਦਰ ਤੇ ਵੀ ਲੈ ਕੇ ਆਈ ਨਾਦਰ ਤੇ ਮੈਂ ਆਪਣੇ ਭੈਣ ਭਰਾ ਨੂੰ ਦਿਖਾਉਂਦੀ ਅਤੇ ਚੀਜ਼ਾਂ ਜਿਹੜੀਆਂ ਮੈਂ ਅਗਲੇ ਵਲੋਗ ਵੀ ਜੀ ਦਿਖਾਈਆਂ ਮੈਂ ਆਪਣੇ ਭੈਣ ਭਰਾ ਨੂੰ ਉਹ ਵੀ ਲੈ ਕੇ ਦਿੱਤੀਆਂ ਅਤੇ ਇੱਕ ਇਹ ਵਾਲੀ ਇਹ ਨਾਦਰ ਦੀ ਕੈਪ ਲੈ ਕੇ ਆਉਂਦੀ ਅਤੇ ਇਹ ਲਿਆਂਦਾ ਵਾ ਐਸ਼ਾ ਨੇ ਥੋੜ੍ਹੀਆਂ ਜਿਹੀਆਂ ਆਪਣੀਆਂ ਚੀਜ਼ਾਂ ਅਤੇ ਮਰੀਮ ਨੂੰ ਵੀ ਲੈ ਦਿੱਤੀਆਂ ਸੀਗੀਆਂ ਮਰੀਮ ਫਿਰ ਲੈ ਕੇ ਚੱਲ ਗਈ ਆਪਣੇ ਬਾਈ ਦੇ ਨਾਲ ਘਰ ਨੂੰ ਅਤੇ ਮੈਂ ਅਤੇ ਐਸ਼ਾ ਅਤੇ ਨਾਦਰ ਸੀ ਅਸੀਂ ਰਕਸ਼ੇ 'ਤੇ ਆ ਗਈਆਂ ਸੀਗੀਆਂ ਇਹ ਵਾਲਾ ਮੇਰੇ ਭੈਣ ਭਾਈ ਉਹ ਲਿਆਂਦਾ ਵਾ ਐਸ਼ਾ ਨੇ ਸੈੱਟ ਇਹਨੇ ਆਪਣੇ ਪੈਸੇ ਜੋੜ ਕੇ ਲਿਆਂਦਾ ਹਾਂਜੀ ਪੈਸੇ ਦੇ ਨਾ ਵੀ ਦੂਸਰਾ ਜੁੜੇ ਹੋਏ ਸੀ ਪੈਸੇ ਅਤੇ ਫਿਰ ਉਦੋਂ ਹੀ ਲੈ ਕੇ ਆਇਆ ਤਾਂ ਲੈ ਕੇ ਆਏ ਸੀਗੇ ਮੇਰੇ ਪੈਸੇ ਜੋੜੇ ਹੋਏ ਅਤੇ ਫਿਰ ਮੈਂ ਆਪਣੀ ਚੀਜ਼ਾਂ ਲੈ ਆਉਂਗੀ ਅਤੇ ਇਹ ਵਾਲਾ ਸੈੱਟ ਲੈ ਕੇ ਆਉਂਦਾ ਅਤੇ ਸੈੱਟ ਵੀ ਮਾਸ਼ਾਅੱਲਾ 950 ਮੰਗਦੇ ਸੀਗੇ ਅਤੇ ਫਿਰ 800 ਦਾ ਲੈ ਕੇ ਆਉਂਦਾ ਇਹ ਜਿਹੜੇ ਇਹਨੇ ਥੋੜ੍ਹੀਆਂ ਜਿਹੀਆਂ ਮੇਕਅਪ ਦੀਆਂ ਆਪਣੀਆਂ ਚੀਜ਼ਾਂ ਲਈਆਂ ਇਹ ਉਹ ਲੈ ਕੇ ਆਈਏ ਅਤੇ ਨਾਲ ਨਾਦਸ਼ ਦੀ ਜੁੱਤੀ ਜਿਹੜੀ ਹੈ ਨਾਦਸ਼ ਦੀ ਜੁੱਤੀ ਵੀ ਲਿਆਂਦੀ ਹੈ ਦੇਖੋ ਮਛਰ ਡੱਬੇ ਦੇ ਵਿੱਚ ਹੀ ਰੱਖ ਕੇ ਦਿਖਾਉਂਦੀ ਹਾਂ ਦੱਸਿਓ ਮੇਰੇ ਭੈਣ ਬਾਈ ਤੁਹਾਨੂੰ ਪਸੰਦ ਆਈ ਆ ਇਹ ਹੈਗੀ ਨਾਦਸ਼ ਦੀ ਇਹ ਨਾਦਸ਼ ਜੁੱਤੀ ਲਿਆਂਦੀ ਹੈ ਅਤੇ ਅੱਛਾ ਜੀ ਇਹ ਵਾਲੀ ਲਿਆਂਦੀ ਆ ਫਿਰ ਮੈਂ ਇਰਾਦਾ ਤਾਂ ਕੋਈ ਨਹੀਂ ਸੀ ਹੈਗਾ ਲੈਣ ਦਾ ਫਿਰ ਐਸ਼ਾ ਵੀ ਕਹਿਣ ਲੱਗੀ ਹੈ ਵੀ ਆਉਣਾ ਜਾਣਾ ਪੈਂਦਾ ਤੈਨੂੰ ਕਿਤੇ ਅਤੇ ਫਿਰ ਨਾ ਜੁੱਤੀ ਤੁਸੀਂ ਲੈ ਲਓ ਅੱਗੇ ਜੋ ਐਸ਼ਾ ਦਾ ਰਿਸ਼ਤਾ ਦੇਖਣ ਗਏ ਆ ਉਦੋਂ ਫਿਰ ਨਾ ਮੈਂ ਜੁੱਤੀ ਮੇਰੇ ਅੱਗੇ ਜੀ ਪਹਿਲੀ ਪਈ ਸੀ ਪੁਰਾਣੀ ਵੀ ਮੈਂ ਉਹੀ ਪਾ ਕੇ ਗਈ ਸੀ ਅਤੇ ਐਸ਼ਾ ਕਹਿੰਦੀ ਅੰਮੀ ਜੁੱਤੀ ਵੀ ਤੂੰ ਨਾ ਹੁਣ ਸੋਹਣੀ ਬਈ ਲੈ ਕੇ ਅਤੇ ਆਉਣਾ ਜਾਣਾ ਪੈਂਦਾ ਵਾ ਅਤੇ ਫਿਰ ਇਹ ਜਿਹੜੀ ਲੈ ਕੇ ਆਈ ਹਾਂ ਮੈਂ ਆਪਣੀ ਜੁੱਤੀ ਉਮੀਦ ਹੈ ਮੇਰੇ ਭੈਣ ਬਾਈਆਂ ਨੂੰ ਜ਼ਰੂਰ ਪਸੰਦ ਆਊਗੀ ਇਹ ਦੇਖੋ ਇਹ ਵਾਲੀ ਜੁੱਤੀ ਮੈਂ ਲੈ ਕੇ ਆਈ ਹਾਂ ਆਪਣੀ ਬਲੈਕ ਲਿਆਂਦੀ ਆ ਵੀ ਬਲੈਕ ਜਿਹੜੀ ਹੈ ਨਾ ਫਿਰ ਹਰ ਸੂਟ ਦੇ ਨਾਲ ਵੀ ਨਾ ਪੈ ਜਾਂਦੀ ਆ ਅਤੇ ਇਹ ਜੁੱਤੀ ਇਹ ਜਿਹਾ ਸ਼ੂਜ਼ ਮੈਂ ਇਸ ਵਾਸਤੇ ਲਿਆ ਵਾ ਵੀ ਗਾਂ ਸਰਦੀ ਆਉਂਦੀ ਸਰਦੀ ਨੂੰ ਵੀ ਬੰਦਾ ਕਿਤੇ ਆਉਣਾ ਜਾਣਾ ਪੈਂਦਾ ਵਾ ਅਤੇ ਉਦੋਂ ਸਰਦੀ ਨੂੰ ਵੀ ਬੰਦਾ ਪਾ ਲੈਂਦਾ ਵਾ ਅਤੇ ਹੁਣ ਵੀ ਗਰਮੀ 'ਚ ਵੀ ਆਉਣਾ ਜਾਣਾ ਪਵੇ ਕਿਤੇ ਅਤੇ ਗਰਮੀ 'ਚ ਵੀ ਇਸਤੇਮਾਲ ਹੋ ਜਾਂਦੀ ਸਰਦੀ 'ਚ ਵੀ ਹੋ ਜਾਂਦੀ ਅਤੇ ਇਹ ਲਈ ਆ ਹਾਫ ਜੁੱਤੀ ਆ ਇਹ ਦੇਖੋ ਅਗਲੀ ਸਾਈਡ ਤੋਂ ਵੀ ਨਾ ਆਹ ਸੋਹਣੀ ਜੁੱਤੀ ਆ ਵੀ ਪਸੰਦ ਆਈ ਤਾਂ ਪਸੰਦ ਕਰਕੇ ਲਈ ਅਤੇ ਇਹ ਚੀਜ਼ਾਂ ਮੈਂ ਆਪਣੇ ਭੈਣ ਭਰਾਵਾਂ ਨੂੰ ਦਿਖਾਈਆਂ ਅਤੇ ਪਸੰਦ ਆਉਣ ਤਾਂ ਜ਼ਰੂਰ ਦੱਸੀਓ
ਕਿਉਂਕਿ ਐਸ਼ਾ ਨੂੰ ਤਾਂ ਮਰੀਮ ਜਿਹੜੀਆਂ ਚੀਜ਼ਾਂ ਨੇ ਪਸੰਦ ਆਈਆਂ ਸੀਗੀਆਂ ਉਹਨਾਂ ਨੇ ਲੈ ਦਿੱਤੀਆਂ। ਬਾਜ਼ਾਰੋਂ ਅਸੀਂ ਹੋ ਕੇ ਆ ਗਈਆਂ ਸੀਗੀਆਂ, ਬਾਜ਼ਾਰੋਂ ਹੋ ਕੇ ਆ ਕੇ ਅਤੇ ਹੁਣ ਜਲਦੀ ਜਲਦੀ ਸਬਜ਼ੀ ਬਣਾਈ ਜਾਂਦੀ। ਝਟ ਕੇ ਪਹਿਲੇ ਰੰਗ ਕੀਤਾ ਵਾ, ਅੰਮੀ ਜੀ ਆਏ ਹੋਏ ਸੀਗੇ, ਅੰਮੀ ਜੀ ਉਹਨਾਂ ਨੂੰ ਚਾਹ ਚੂਹ ਬਣਾ ਕੇ ਦਿੱਤੀ ਅਤੇ ਚਾਹ ਪੀ ਕੇ ਅੰਮੀ ਉਹਨੇ ਉੱਧਰ ਭਾਈ ਵੱਲ ਨੂੰ ਚੱਲ ਗਈਆਂ, ਅਤੇ ਕਿਉਂਕਿ ਉੱਧਰ ਫੋਤਗੀ ਹੋਈ ਹੋਈ ਆ ਉਸ ਉੱਧਰਲੇ ਘਰ ਗਈਆਂ ਹੋਏ ਆ। ਅਤੇ ਹੁਣ ਜਲਦੀ ਸਬਜ਼ੀ ਬਣਾ ਲੈਂਦੀ ਹਾਂ, ਸਬਜ਼ੀ ਬਣਾ ਕੇ ਅਤੇ ਮੇਰੇ ਸਿਰ 'ਚ ਅੱਜ ਦਰਦ ਵੀ ਬਹੁਤ ਜ਼ਿਆਦਾ ਹੋਣ ਡਈ ਹੈ, ਅਤੇ ਅੱਜ ਜਿਹੜਾ ਖਾਣਾ ਮੈਂ ਨਹੀਂ ਬਣਾਉਣਾ ਹੈਗਾ, ਬਸ ਸਿਰ ਮੈਂ ਤਾਂ ਤਿਆਰ ਕਰਕੇ ਦੇਣਾ, ਅਤੇ ਜਿਹੜਾ ਖਾਣਾ ਹੁਣ ਜਿਹੜਾ ਨਾ ਅੱਛਾ ਬੇਟੀ ਲੱਗੀ ਤਿਆਰ ਕਰਨ, ਅਤੇ ਮੈਂ ਸਬਜ਼ੀ ਬਣਾ ਦਿੰਦੀ ਹਾਂ ਬਣਾ ਕੇ। ਅੱਜ ਲੱਗੇ ਸੀ ਇਹਨਾਂ ਆਲੂ ਔਰ ਬੈਂਗਣ ਬਣਾਉਣ, ਅਤੇ ਆਲੂ ਵੀ ਮੈਂ ਛਿਲ ਕੇ ਰੱਖ ਲਿਆ ਅਤੇ ਪਿਆਜ਼ ਅਤੇ ਹਰੀ ਮਿਰਚ ਵੀ ਰੱਖ ਲਿਆ, ਸਾਰਾ ਸਮਾਨ ਮੈਂ ਰੈਡੀ ਕਰ ਲਿਆ ਵਾ। ਅਤੇ ਇਹ ਸੀ ਸਾਡੀ ਅੱਜ ਦੀ ਵੀਡੀਓ, ਅਗਰ ਜੇ ਮੇਰੇ ਭੈਣ ਭਾਈਆਂ ਨੂੰ ਪਸੰਦ ਆਈ ਹੋਵੇ ਲਾਈਕ ਸ਼ੇਅਰ ਜ਼ਰੂਰ ਕਰੀਓ, ਕਮੈਂਟ ਵਿੱਚ ਸਾਨੂੰ ਜ਼ਰੂਰ ਦੱਸਿਓ ਆਪਣੇ ਦੁਆਵਾਂ ਸਾਨੂੰ ਬੋਇਆ ਯਾਦ ਰੱਖੀਓ, ਅਸੀਂ ਵੀ ਆਪਣੇ ਭੈਣ ਭਰਾਵਾਂ ਨੂੰ ਹਰ ਟਾਈਮ ਯਾਦ ਰੱਖਦੇ, ਅੱਲਾ ਪਾਕ ਮੇਰੇ ਭੈਣ ਭਰਾਵਾਂ ਤੰਦਰੁਸਤੀ ਦੇਵੇ, ਸਿਹਤ ਦੇਵੇ, ਬਿਮਾਰਾਂ ਨੂੰ ਸ਼ਿਫਾ ਦੇਵੇ, ਜਿਹੜਾ ਤੋਂ ਬੇਰੁਜ਼ਗਾਰ ਆ ਅਲੱਗ ਅਲੱਗ ਨੂੰ ਰੋਜ਼ਗਾਰ ਵਸੀਲਾ ਦੇਵੇ, ਜਿਹੜਾ ਤੋਂ ਬੇਉਲਾਦ ਅਲੱਗ ਅਲੱਗ ਨੇ ਕੁਛ ਸਾਲੀ ਆ ਉਲਾਦ ਦੇਵੇ, ਜਿਹੜਾ ਤੋਂ ਬੇਘਰ ਵਾ ਅਲੱਗ ਅਲੱਗ ਬੈਠਣ ਦੀ ਆਪਣੀ ਛੱਤ ਦੇਵੇ, ਅਤੇ ਜਿਹੜਾ ਬਿਮਾਰ ਆ ਅਲੱਗ ਅਲੱਗ ਮੁਕਾਮ ਲਈ ਸ਼ਿਫਾ ਦੇਵੇ, ਅਤੇ ਜਿੰਨੀ ਮੇਰੀ ਯੂਟਿਊਬ ਫੈਮਿਲੀ ਅੱਲਾ ਪਾਕ ਸਭ ਨੂੰ ਤੰਦਰੁਸਤੀ ਔਰ ਸਿਹਤ ਦੇਵੇ, ਆਮੀਨ ਸੁਮਾਮੀਨ। ਅਤੇ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ, ਸਾਨੂੰ ਇਜਾਜ਼ਤ, ਅੱਲਾ ਹਾਫਿਜ਼।